ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਅਰੀ ਫਾਰਮ ਕਲਾਲਾ ਦੇ ਵਿੱਚ। ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗਿਆ ਬੈੱਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਕਿਸਾਨ ਵੀਰੋ, ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ। 24 ਤਰੀਕ ਪਹਿਲਾ ਮਹੀਨਾ 2024, ਸ਼ਾਮ ਨੂੰ ਆਪਣਾ 5 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ। ਆਪਣੇ ਫਾਰਮ ਤੋਂ ਹੀ ਆਪਾਂ ਵੀਡੀਓ ਕਵਰ ਕਰ ਰਹੇ ਹਾਂ, ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ, ਸਿੱਧੂ ਡੇਅਰੀ ਫਾਰਮ ਕਲਾਲਾ। ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਹਾਂ, ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ। ਤੁਹਾਨੂੰ ਅੱਜ ਆਪਾਂ 7-8 ਨਾਗ ਤਾਜ਼ੇ ਸੂਏ ਵੀ ਦਿਖਾਵਾਂਗੇ, ਜਿਹਦੇ ਵਿੱਚ 2 ਦੰਦ ਬੱਸੀ ਸੂਈ ਹੋਈ ਆ, 20 ਕਿਲੋ ਦੁੱਧ ਤਿਆਰ ਆ ਅਤੇ 2 ਦੰਦ ਬੱਸੀ ਹਜੇ 5-7 ਦਿਨ ਸੂਣ ਨੂੰ ਲੈਂਦੀ ਆ। 1 ਨੰਬਰ 'ਤੇ ਜਰਸੀ ਬੱਸੀ ਆ ਅਤੇ 25-30 ਕਿਲੋ ਵਾਲੀ ਬੱਸੀ ਆ, ਬੋਹਲਾ 22-23 ਕਿਲੋ ਤਿਆਰ ਆ ਅਤੇ ਕੁਛ 2 ਕਨਾਗ ਹੋਰ ਆਪਣੇ ਕੋਲ ਸੂਏ ਹੋਏ, ਇਹਨਾਂ ਦੀ ਡਿਟੇਲ ਦੇਵਾਂਗੇ। ਵੀਡੀਓ ਦੇ ਐਂਡ ਤੱਕ ਬਣੇ ਰਹੋ। ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ, ਸਿੱਧੂ ਡੇਅਰੀ ਫਾਰਮ ਕਲਾਲਾ। ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਹਾਂ, ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਆਹ ਨੰਬਰਾਂ 'ਤੇ ਕੰਟੈਕਟ ਕਰਕੇ ਪਸ਼ੂ ਖਰੀਦ ਸਕਦੇ ਹੋ। 94782-63-916, 98784-68-264, ਇਹਨਾਂ ਨੰਬਰਾਂ 'ਤੇ ਤੁਸੀਂ ਕੰਟੈਕਟ ਕਰਕੇ ਵਟਸਐਪ 'ਤੇ ਵੀ ਕੱਲੀ ਦੀ ਨਗ ਦੀ ਵੀਡੀਓ ਮੰਗਾ ਸਕਦੇ ਹੋ। ਸੋ ਆ ਜਾਓ ਆਪਾਂ ਕਰਦੇ ਹਾਂ ਗੱਲ ਅੱਗੇ। 1 ਨੰਬਰ ਤੋਂ ਆਪਾਂ ਡਿਟੇਲ ਦਿੰਦੇ ਹਾਂ, ਜਰਸੀ ਬੱਸੀ ਆ, ਪਹਿਲਾ ਸੂਆ ਸੂਰੀ ਆ, ਹਜੇ ਖੀਰੀ ਤੋਂ 2 ਦੰਦ ਬੱਸੀ ਹੋਈ ਆ ਇਹ, ਤੁਸੀਂ ਦੇਖ ਸਕਦੇ ਹੋ। ਥਣ ਬਹੁਤ ਸੋਹਣਾ ਗਾ, ਤੁਹਾਨੂੰ ਨੇੜ ਤੋਂ ਚੈੱਕ ਕਰਾਵਾਂਗੇ, ਦੇਖ ਸਕਦੇ ਹੋ। ਇਕੱਲਾ ਨਿੱਖੜਵਾਂ ਥਣ ਆ, ਤੁਸੀਂ ਦੇਖ ਸਕਦੇ ਹੋ, ਬਹੁਤ ਸੋਹਣਾ ਥਣ ਕੱਢੂ ਮੁੱਠੀ ਵਾਲਾ, ਦੇਖ ਸਕਦੇ ਹੋ। ਫੇਸ ਕੁਆਲਿਟੀ ਹਜੇ ਇਹ ਖੀਰੀ ਤੋਂ 2 ਦੰਦ ਹੋਈ ਆ, ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਉੱਚਾ ਲੰਮਾ ਵੱਡਾ ਕਦਕਾਠ ਹੈ, ਝੋਲੀ ਵਗੈਰਾ ਇੱਧਰੋਂ ਹੱਕੇ ਸਭ ਤੋਂ ਠੰਡੀ ਸੀਲ ਬਹੁਤ ਜ਼ਿਆਦਾ, ਤੁਸੀਂ ਝੋਲੀ ਦੇਖ ਸਕਦੇ ਹੋ। ਝੋਲੀ ਲਿਓਟੀ ਸੋਹਣੀ ਤਿਆਰ ਕਰਦੀ ਆਉਂਦੀ ਆ, 7-10 ਦਿਨ ਦੀ ਕੱਚੀ ਆ ਹਜੇ। ਥਣ ਤੁਹਾਨੂੰ ਨੇੜ ਤੋਂ ਚੈੱਕ ਕਰਾ, ਦੇਖ ਲਓ ਇਕੱਲਾ ਨਿੱਖੜਵਾਂ ਥਣ ਆ, ਸੋਹਣਾ ਥਣ ਕੱਢੂਗੀ ਇਹ, ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਸੋ ਦੇਖ ਸਕਦੇ ਹੋ ਤੁਸੀਂ, ਅਫਸਰ ਬੱਸੀ ਵਰਗਾ ਮੂੰਹ ਹੈ ਤੁਸੀਂ ਦੇਖ ਸਕਦੇ ਹੋ। 2 ਦੰਦ ਤੋਂ ਹਜੇ ਖੀਰੀ ਤੋਂ 2 ਦੰਦ ਹੋ ਰਹੀ ਆ, ਥਣ ਬਹੁਤ ਸੋਹਣਾ ਕੱਢੂਗੀ। ਉੱਚਾ ਲੰਮਾ ਵੱਡਾ ਕਦਕਾਠ ਆ, ਜਰਸੀ ਬੱਸੀ 1 ਨੰਬਰ 'ਤੇ ਆ ਗਈ ਇਹ, 2 ਨੰਬਰ 'ਤੇ ਬੱਸੀ ਆ ਗਈ, 20 ਕਿਲੋ ਦੁੱਧ ਤਿਆਰ ਆ, HF ਦੇ ਵਿੱਚ ਆ ਗਈ, ਇਹ ਵੀ ਖੀਰੀ ਤੋਂ 2 ਦੰਦ ਹੋਈ ਆ, ਥਾਣੇ ਨੂੰ ਬਹੁਤ ਸੋਹਣਾ ਲੱਗਿਆ, ਤੁਸੀਂ ਦੇਖ ਸਕਦੇ ਹੋ। ਆਰਡਰ ਦੀ ਸ਼ੇਪ ਇਹਨੂੰ ਤੋੜ ਕੇ ਦਿਖਾਵਾਂਗੇ ਆਪਾਂ, ਆਰਡਰ ਦੀ ਸ਼ੇਪ ਤੁਸੀਂ ਦੇਖ ਸਕਦੇ, 20 ਕਿਲੋ ਦੁੱਧ ਇਸ ਥੱਲੇ ਤਿਆਰ ਆ ਇਸ ਟਾਈਮ, ਤੁਸੀਂ ਦੇਖ ਸਕਦੇ ਹੋ। ਫੇਸ ਕੁਆਲਿਟੀ ਦੇਖ ਸਕਦੇ ਹੋ, ਇਹ ਵੀ ਬੱਸੀ ਖੀਰੀ ਤੋਂ 2 ਦੰਦ ਹੋਈ ਆ, 20 ਕਿਲੋ ਦੁੱਧ ਤਿਆਰ ਆ ਇਸ ਟਾਈਮ। ਉੱਚਾ ਲੰਮਾ ਵੱਡਾ ਕਦਕਾਠ ਤੁਸੀਂ ਦੇਖ ਸਕਦੇ ਹੋ, ਪੂਰੀ ਹਾਈਟ ਦੇ ਵਿੱਚ, ਲੈਂਥ ਦੇ ਵਿੱਚ ਬੱਸੀ ਆ, ਥਣ ਦੇਖ ਸਕਦੇ ਹੋ ਤੁਸੀਂ, ਹੱਥਾਂ ਦੀ ਚਵਾਈ ਵਾਲਾ ਸੋਹਣਾ, ਇਕੱਲਾ ਨਿੱਖੜਵਾਂ ਥਣ ਲੱਗਿਆ ਹੋਇਆ। ਫੇਸ ਕੁਆਲਿਟੀ ਦੁਬਾਰੇ ਚੈੱਕ ਕਰਾਵਾਂਗੇ, ਤੁਹਾਨੂੰ ਤੋੜ ਕੇ ਦਿਖਾਵਾਂਗੇ। 2 ਨੰਬਰ ਵਾਲੀ ਬੱਸੀ 20 ਕਿਲੋ ਦੁੱਧ ਤਿਆਰ ਆ, ਖੀਰੀ ਤੋਂ 2 ਦੰਦ ਹੋਈ ਆ ਬੱਸੀ, 2 ਨੰਬਰ 'ਤੇ ਆ ਗਈ। 1 ਨੰਬਰ 'ਤੇ ਜਰਸੀ ਬੱਸੀ ਦਿਖਾ ਚੁੱਕੇ ਹਾਂ ਤੁਹਾਨੂੰ ਆਪਾਂ, ਸੋ ਆਪਾਂ ਅੰਦਰ ਹੀ ਬੱਸੀ ਤੋੜ ਕੇ ਦਿਖਾਵਾਂਗੇ। ਬਾਹਰ ਤੁਹਾਨੂੰ ਪਤਾ ਮੌਸਮ ਖਰਾਬ ਆ, ਠੰਡ ਦਾ ਟਾਈਮ ਆ, ਪਸ਼ੂ ਤਾਜ਼ੇ ਦੇਖ ਪਤਾ, ਹੌਲੀ 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 ਟਕਾਨ ਆ, ਟਕਾਨ ਆ ਕੋਈ ਨਾ, ਤੁਸੀਂ ਦੇਖ ਸਕਦੇ ਹੋ। ਬੱਸੀ ਉੱਚਾ ਲੰਮਾ ਵੱਡਾ ਕਦਕਾਠ ਆ, 20 ਕਿਲੋ ਦੁੱਧ ਇਸ ਟਾਈਮ ਰੈਡੀ ਆ, ਲੈ ਚੱਲ ਕਾਨ ਦੇਖ ਸਕਦੇ ਹੋ। ਫੁੱਲ ਬਰੀਡ ਦੇ ਵਿੱਚ 2 ਦੰਦ ਬੱਸੀ ਆ, ਨਗੀਨਾ ਹੀ ਆ, ਲਿਆ ਪੁੱਤਰ ਨਾਲ ਫਿਰ ਮੋੜ ਕੇ ਲੈ ਜੀ ਬਰਾਂ ਨੂੰ, ਲੈ ਚੱਲ ਮੋੜਦਾ ਉੱਧਰ ਮੋੜਦਾ ਮੋੜਦਾ। ਸੋ ਅੰਦਰ ਅੰਦਰ ਹੀ ਬੱਸੀ ਤੁਹਾਨੂੰ ਇਸ ਕਰਕੇ ਤੋਰ ਕੇ ਦਿਖਾਉਣੇ, ਤੁਸੀਂ ਦੇਖ ਸਕਦੇ ਹੋ ਤੋਰ ਵਗੈਰਾ। ਕੋਈ ਮੇਰਾ ਵੀਰ ਔਨਲਾਈਨ ਮੰਗਾਉਂਦਾ ਹੈਗਾ, 20 ਕਿਲੋ ਦੁੱਧ ਰੈਡੀ ਆ, ਥਣਾਂ ਦੀ ਇਹ ਓਕੇ ਹੋ ਚੁੱਕੀ ਆ, ਦੇਖ ਸਕਦੇ ਹੋ ਤੁਸੀਂ, ਪੂਰਾ ਕੰਪੈਕਟ ਆਰਡਰ ਆ, ਫੁੱਲ ਬਰੀਡ ਦੇ ਵਿੱਚ ਬੱਸੀ ਆ, ਨਵਾਂ ਹਾਣ ਆ, 2 ਦੰਦ ਹੋਈ ਆ ਖੀਰੀ ਤੋਂ, ਲੈ ਚੱਲ ਪੁੱਤ ਹੌਲੀ ਹੌਲੀ ਲੈ ਚੱਲ, ਪਹਿਲਾ ਸੂਆ ਇਹ ਸੂਈ ਹੋਈ ਆ। ਸੋ ਇਹ 2 ਦੰਦ ਬੱਸੀ ਆਪਾਂ ਤੋਰ ਕੇ ਦਿਖਾਈਏ ਤੁਹਾਨੂੰ, 2 ਨੰਬਰ 'ਤੇ ਆ ਗਈ। ਅੱਗੇ 3 ਨੰਬਰ 'ਤੇ ਬੱਸੀ ਥੱਲੇ 23-24 ਕਿਲੋ ਬੋਹਲਾ ਤਿਆਰ ਆ, ਦੂਜਾ ਸੂਆ ਸੂਈ ਹੋਈ ਆ, ਅੱਜ 4th ਦਿਨ ਸੂਈ ਨੂੰ ਆ,
ਥਣ ਬਹੁਤ ਸੋਹਣਾ ਇਹਦੇ ਵੀ ਲੱਗਿਆ ਹੋਇਆ ਦੇਖ ਸਕਦੇ ਤੁਸੀਂ, ਇਕੱਲਾ ਇਕੱਲਾ ਨਿਖੜਵਾਂ ਥਣ ਲੱਗਾ, ਹੱਥਾਂ ਦੀ ਚੁਆਈ ਵਾਲਾ ਸੋਹਣਾ ਥਣ ਆ ਮੋਟਾ, ਇਹ ਵੀ ਤੁਹਾਨੂੰ ਤੋਰ ਕੇ ਦਿਖਾਵਾਂਗੇ ਬੱਸੀ। ਪ੍ਰਿੰਟ ਬਹੁਤ ਚੰਗਾ ਗਾ ਬੱਸੀ, ਡੱਬੀ ਬੱਸੀ ਆ, ਪਹਿਲੇ ਸੂਏ ਦਾ ਰਿਕਾਰਡ 28-30 ਲੀਟਰ ਦਾ, ਹੁਣ ਆਪਾਂ 23-24 ਕਿਲੋ ਬੋਹੜੀ ਤਿਆਰ ਆ, 4 ਦਿਨਾਂ ਦੀ ਸੂਈ ਥੱਲੇ 24 ਕਿਲੋ ਬੋਹੜੀ 23-24 ਕਿਲੋ ਤਿਆਰ ਆ। ਸੋ ਆਹ ਦੇਖ ਸਕਦੇ ਤੁਸੀਂ, ਫੇਸ ਕੁਆਲਿਟੀ ਚੈੱਕ ਕਰਾਵਾਂਗੇ, ਬਸ ਉਹ ਮੋੜ ਲਾ ਉੱਧਰ ਮੋੜ ਲਾ। ਸੋ ਖੁੱਲੀਆਂ ਫਿਰਦੀਆਂ ਆਉਂਦੀਆਂ ਨੇ, ਇਸ ਕਰਕੇ ਇਹ ਥੋੜ੍ਹੀ ਤੇਜ਼ੀ ਜ਼ਰੂਰ ਕਰਦੀਆਂ ਨੇ। ਕੰਪੈਕਟ ਆਡਰ ਆ ਪੂਰਾ ਬੱਸੀ ਦਾ, 23-24 ਕਿਲੋ ਬੋਹੜੀ ਤਿਆਰ ਆ, ਦੇਖ ਸਕਦੇ ਤੁਸੀਂ। ਫਿਕਸ ਆਡਰ ਆ ਪੂਰਾ, 30 ਕਿਲੋ 35 ਦੀ ਮਾਲਕਣ ਆ ਇਹ, 28-29 ਕਿਲੋ ਦੁੱਧ ਬਸ। ਲੈ ਚੱਲ ਪੁੱਤ, ਲੈ ਚੱਲ ਲੈ ਚੱਲ। ਸੋ ਇਹ 3 ਨੰਬਰ 'ਤੇ ਬੱਸੀ ਆਪਾਂ ਤੋਰ ਕੇ ਦਿਖਾਤੀ, ਦੂਜਾ ਸੂਆ ਸੂਈ ਆ, ਮਗਰ ਮੇਲ ਕਾਫ ਆ, ਇਹਦੇ ਵੀ ਮਗਰ ਮੇਲ ਕਾਫ ਆ। ਅੱਗੇ 4 ਨੰਬਰ 'ਤੇ ਬੱਸੀ ਆ ਗਈ, ਇਹਦੇ ਮਗਰ ਬੱਛੀ ਆ, ਫੀਮੇਲ ਕਾਫ ਆ, ਇਹਨੂੰ ਤੋਰ ਕੇ ਦਿਖਾਵਾਂਗੇ। ਥਾਣੇ ਦੇ ਵੀ ਬਹੁਤ ਸੋਹਣਾ ਲੱਗਿਆ ਥਣ, ਸਾਰੀਆਂ ਬੱਸੀਆਂ ਦੇ ਚੰਗਾ ਲੱਗਿਆ ਹੱਥਾਂ ਦੀ ਚੁਆਈ ਵਾਲਾ। ਇਹ ਦੂਜਾ ਸੂਆ ਬੱਸੀ ਸੂਈ ਵੀ ਆ, ਫੁੱਲ ਬਰੀਡ ਦੇ ਵਿੱਚ ਆ। ਸੋ ਇਹਦੇ ਥੱਲੇ 4 ਦਿਨ ਦੀ ਸੂਈ ਥੱਲੇ 20-22 ਕਿਲੋ ਬੋਹੜੀ ਰੇਡੀ ਆ। ਲੈ ਚੱਲ ਆਪਾਂ ਤੋਰ ਦੇਣ ਵੀ ਇੱਕ ਵਾਰੀ, ਮਗਰ ਬੱਛੀ ਆ ਇਹਦੀ ਬੱਸੀ ਵੀ। ਥਣ ਬਹੁਤ ਸੋਹਣਾ ਲੱਗਿਆ, ਦੂਸਰੀ ਸਾਈਡ ਤੋਂ ਚੈੱਕ ਕਰਾਉਂਦੇ, ਇਕੱਲਾ ਇਕੱਲਾ ਨਿਖੜਵਾਂ ਥਣ ਲੱਗਿਆ ਹੋਇਆ ਪੂਰਾ। ਕੰਪੈਕਟ ਆਡਰ ਇਹਦਾ ਵੀ, ਤੁਸੀਂ ਦੇਖ ਸਕਦੇ ਹੋ। ਲਿਆ ਪੁੱਤ ਲਿਆ ਵਰੋਂ, ਆਪੇ ਇਸ ਕੁਆਲਿਟੀ ਚੈੱਕ ਕਰ ਸਕਦੇ, ਉਹਦੀ ਬੱਸੀ ਵੀ ਦਿਖਾਵਾਂਗੇ। ਲੈ ਚਲੋ ਉੱਧਰ ਨੂੰ, ਲੈ ਚਲੋ ਉੱਧਰ, ਥੋੜ੍ਹੀ ਬੱਸੀ ਕਰਕੇ ਤੇਜ਼ੀ ਕਰਦੀ ਆ। 4 ਦਿਨਾਂ ਦੀ ਸੂਈ ਥੱਲੇ 20-22 ਕਿਲੋ ਬੋਹੜੀ ਤਿਆਰ ਆ, ਫੁੱਲ ਬਰੀਡ ਦੇ ਵਿੱਚ ਬੱਸੀ ਆ, ਦੂਜਾ ਸੂਆ ਬੱਸੀ ਆ, ਇਹ ਵੀ ਦੰਦਾਂ ਦੇ ਵਿੱਚ ਆ ਬੱਸੀ। ਲੈ ਚਲੋ ਉੱਧਰ, ਲੈ ਲਓ। ਸੋ ਆ ਇਹਦੇ ਮਗਰ ਬੱਛੀ ਆ, ਇਹ ਬੱਛੀ ਆ ਇਹਦੇ ਮਗਰ। ਸੋ ਅੱਗੇ 5 ਨੰਬਰ 'ਤੇ ਦੂਜਾ ਸੂਆ ਬੱਸੀ ਆ, ਪੁੱਤ ਇਹਨੂੰ ਐਨੂੰ ਹੱਕ ਦੇ ਮਾੜੀ ਜੀ, ਥਣ ਲੈਵਾ ਨੇੜ ਤੋਂ ਚੈੱਕ। ਫੁੱਲ ਬਰੀਡ ਦੇ ਵਿੱਚ ਇਹ ਤੁਸੀਂ ਦੇਖੋ, ਬੱਸੀਆਂ ਸਾਰੀਆਂ ਬਰੀਡ ਦੇ ਵਿੱਚ ਆ, ਥਣ ਨੇੜ ਤੋਂ ਚੈੱਕ ਕਰਾਉਣਾ। ਇਕੱਲਾ ਇਕੱਲਾ ਨਿਖੜ ਮੈਂ ਇਹਦੇ ਥਣ ਲੱਗਿਆ ਹੋਇਆ, ਥਣੀ ਚੁਆਈ ਵਾਲਾ, ਇਹਦੇ ਥੱਲੇ 23-24 ਕਿਲੋ ਬੋਹੜੀ ਤਿਆਰ ਆ। ਅੱਜ ਇਹਨੂੰ ਵੀ ਚੌਥਾ 5ਵਾਂ ਦਿਨ ਸੂਈ ਨੂੰ ਆ, ਤੁਸੀਂ ਆਡਰ ਚੈੱਕ ਕਰ ਸਕਦੇ ਹੋ। ਦੂਸਰੀ ਸਾਈਡ ਤੋਂ ਥਣ ਨੇੜ ਤੋਂ ਚੈੱਕ ਕਰਾਉਣਾ, ਪੀੜ੍ਹੀ ਦੇ ਪਾਵੇ ਟੈਪ ਪੂਰੇ ਨਿਖੜ ਮੈਂ ਥਣ ਲੱਗੇ ਹੋਏ, ਫੁੱਲ ਬਰੀਡ ਦੇ ਵਿੱਚ ਬੱਸੀ, ਉੱਧਰ ਇੱਧਰ ਨੂੰ ਹੱਕ ਦੇ ਪੁੱਤ। ਦੂਜਾ ਸੂਆ ਸੂਈ ਆ, 20-22 ਕਿਲੋ ਬੋਹੜੀ ਤਿਆਰ ਆ, ਚੌਥਾ 5ਵਾਂ ਦਿਨ ਸੂਈ ਨੂੰ ਆ, ਇਹ ਆ ਗਈ 5 ਨੰਬਰ 'ਤੇ। ਸੋ 6 ਨੰਬਰ 'ਤੇ ਬੱਸੀ ਫੁੱਲ ਬਰੀਡ ਦੇ ਵਿੱਚ, ਪਹਿਲਾ ਸੂਆ ਸੂਈ ਵੀ ਆ, ਦੇਖ ਸਕਦੇ ਥਣ ਇਕੱਲਾ ਇਕੱਲਾ ਨਿਖੜਵਾਂ ਲੱਗਿਆ ਹੋਇਆ ਗਾ, ਹੱਥਾਂ ਦੀ ਚੁਆਈ ਵਾਲਾ, ਇਹਦੇ ਮਗਰ ਵੀ ਫੀਮੇਲ ਕਾਫ ਆ, ਇਹਦੇ ਮਗਰ ਵੀ ਬੱਛੀ ਆ, ਤੁਸੀਂ ਦੇਖ ਸਕਦੇ ਹੋ। ਇਹ ਥੱਲੇ ਹੁਣ ਬੋਹੜੀ ਹਜੇ 12-13 ਕਿਲੋ ਬੋਹੜੀ ਆ, ਬਰੀਡ ਦੇ ਵਿੱਚ ਬੱਸੀ ਆ, ਦੇਖ ਸਕਦੇ ਹੋ। ਇਹ ਬੱਸੀ ਆ ਇਹਦੀ ਜਿਹੜੀ 1 ਨੰਬਰ 'ਤੇ ਖੜੀ, ਇਹ ਬੱਸੀ ਇਹਦੀ ਆ। ਸੋ ਉਸ ਹਿਸਾਬ ਨਾਲ ਇਹਦਾ ਭਾਅ ਹੋਊਗਾ, ਜਿਹੜੀ ਲਾਸਟ 'ਤੇ ਬੱਸੀ ਆ ਗਈ ਉਸ ਹਿਸਾਬ ਨਾਲ ਨੋਰਮਲ ਭਾਅ ਆ। ਰੇਂਜ ਸਾਰੀਆਂ ਗਾਈਆਂ ਦੀ ਭਾਅ ਬਹੁਤ ਨੋਰਮਲ ਹੋਊਗਾ, ਬਰੀਡ ਦੇ ਹਿਸਾਬ ਨਾਲ ਜਿਵੇਂ ਆਪਾਂ ਕੰਟੈਕਟ ਕਰਾਂਗੇ ਉਹ ਮੈਂ ਰੇਟ ਬਣਾ ਲਾਂਗੇ, ਕੋਈ ਗੱਲ ਨਹੀਂ। ਇੱਕ ਵਾਰੀ ਫਾਰਮ 'ਤੇ ਜ਼ਰੂਰ ਵਿਜਿਟ ਕਰਿਓ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ, ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ, ਧੰਨਵਾਦ।